ਸੋ ਸਾਡਾ ਜਿਹੜਾ ਅੱਜ ਦੀ ਸ਼ੁਭ ਯਾਤਰਾ ਸੰਦੇਸ਼ ਇਹੀ ਆ ਕਿ ਪ੍ਰਭੂ ਯਿਸੂ ਮਸੀਹ ਸ਼ਾਂਤੀ ਦਾ ਮੁਕਤੀ ਦਾਤਾ ਆ। ਸੋ ਅਸੀਂ ਵੀ ਲੋਕਾਂ ਨੂੰ ਸ਼ਾਂਤੀ ਦਾ ਹੀ ਜਿਹੜਾ ਆ ਮੈਸੇਜ ਦੇਣ ਜਾ ਰਹੇ ਹਾਂ। ਹੋਰ ਵੀ ਜਿਹੜੇ ਸ਼ਹਿਰ ਦੇ ਅਹੁਦੇਦਾਰ ਬੰਦੇ ਆ, ਸਤਿਕਾਰਯੋਗ ਅਹੁਦੇਦਾਰ ਬੰਦੇ ਆ, ਉਹ ਵੀ ਇਸ ਸਾਡੀ ਸ਼ੁਭ ਯਾਤਰਾ ਵਿੱਚ ਪਹੁੰਚੇ ਆ। ਅਸੀਂ ਪੂਰਾ ਮਸੀਹ ਸਮਾਜ ਹਰ ਇੱਕ ਮਿਸ਼ਨ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ। ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਨੇ, ਜਿਵੇਂ ਜਨਮਦਿਨ ਦੀ ਝਾਕੀ ਆ, ਮਜੂਸੀਆਂ ਦੀ ਝਾਕੀ ਆ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ, ਉਸੇ ਤਰ੍ਹਾਂ ਦੀਆਂ ਇਹ ਝਾਕੀ ਜਿਹੜੇ ਕੱਢ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਵਾਂਗੇ। ਬੀਤੇ ਦਿਨ ਦੀਨਾ ਨਗਰ ਵਿਖੇ ਕ੍ਰਿਸਮਸ ਨੂੰ ਸਮਰਪਿਤ ਮਸੀਹ ਭਾਈਚਾਰੇ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਮਸੀਹ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਵੀ ਬਣਾਈਆਂ ਗਈਆਂ। ਇਹ ਸ਼ੋਭਾ ਯਾਤਰਾ ਦੀ ਸ਼ੁਰੂਆਤ ਮੁਕਤੀ ਫੌਜ ਚਰਚ ਅਖਾਵੀ ਗੇਟ ਤੋਂ ਸ਼ੁਰੂ ਹੋ ਕੇ ਤਾਰਾਗੜ੍ਹ ਰੋਡ ਤੋਂ ਮੇਨ ਰੋਡ ਤੋਂ ਹੁੰਦੀ ਹੋਈ ਵਾਪਸ ਮੁੜ ਅਖਾਵੀ ਗੇਟ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਵਿੱਚ ਪਹੁੰਚੇ ਪਾਸੇ ਸਾਹਿਬਾਨਾਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ 'ਤੇ ਮੁਕਤੀ ਫੌਜ ਦੇ ਮੇਜਰ ਕੇਵਲ ਮਸੀਹ, ਮੇਜਰ ਅਮਰ ਮਸੀਹ, ਫਾਦਰ ਵਿਨੋਦ ਜੀ, ਬਾਬੂ ਨਿਸ਼ਾਨ, ਏਸ਼ੀਆਈ ਚਰਚ ਦੇ ਪ੍ਰਧਾਨ ਪਾਸ ਅਸ਼ੋਕ, ਪਾਸ ਜਿੰਮੀ, ਪਾਸ ਦੀਪਕ, ਪਾਸ ਵਿਸ਼ਾਲ ਮਸੀਹ, ਪ੍ਰਧਾਨ ਅਮਰੀਕ ਮਸੀਹ, ਸਾਬਕਾ ਸਰਪੰਚ ਸ਼ਸ਼ੀ, ਸੁਰਿੰਦਰ ਮੰਗਰਾਲਾ, ਤੀਰਥ ਰਾਜਪਾਲ, ਪ੍ਰੀਤਮ ਸੰਨੀ ਅਤੇ ਕਈ ਹੋਰ ਵੀ ਹਾਜ਼ਰ ਸਨ। ਸੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੈ ਮਸੀਹ ਦੀ ਆਖਦਾ ਹਾਂ, ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ। ਅੱਜ ਜਿਹੜੀ ਆ ਦੀਨਾਨਗਰ ਦੇ ਵਿੱਚ ਬੜੇ ਹੀ ਧੂਮਧਾਮ ਨਾਲ ਸ਼ੁਭ ਯਾਤਰਾ ਕੱਢੀ ਜਾ ਰਹੀ ਆ ਵੱਡੇ ਦਿਨ ਦੇ ਉਪਲਕਸ਼ ਦੇ ਵਿੱਚ, ਜਿਸ ਦੀ ਅਗਵਾਈ ਅਲੱਗ ਅਲੱਗ ਮਿਸ਼ਨਾਂ ਦੇ ਪਾਸਟਰ ਸਾਹਿਬਾਨ ਪਾਜ ਸਾਹਿਬ ਕਰ ਰਹੇ ਨੇ। ਸੋ ਸਾਡਾ ਜਿਹੜਾ ਅੱਜ ਦੀ ਸ਼ੁਭ ਯਾਤਰਾ ਸੰਦੇਸ਼ ਇਹੀ ਆ ਕਿ ਪ੍ਰਭੂ ਯਿਸੂ ਮਸੀਹ ਸ਼ਾਂਤੀ ਦਾ ਮੁਕਤੀ ਦਾਤਾ ਆ। ਸੋ ਅਸੀਂ ਵੀ ਲੋਕਾਂ ਨੂੰ ਸ਼ਾਂਤੀ ਦਾ ਹੀ ਜਿਹੜਾ ਆ ਮੈਸੇਜ ਦੇਣ ਜਾ ਰਹੇ ਹਾਂ ਕਿ ਆਓ ਅਸੀਂ ਸਾਰੇ ਰਲ ਕੇ ਪੂਰੀ ਦੁਨੀਆ ਦੇ ਜੋ ਮੁਕਤੀ ਦਾਤਾ ਆ ਉਸਦੇ ਜਨਮ ਦਿਹਾੜੇ ਨੂੰ ਅਸੀਂ ਮਨਾਈਏ। ਉਹ ਜਿਸ ਤਰ੍ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਰਿਲੇਟਿਵਸ, ਅਸੀਂ ਹਰ ਇੱਕ ਜਿਹੜੀ ਆ ਉਸ ਲੰਮੇ ਨੂੰ ਯਾਦ ਕਰਦੇ ਹੋਏ ਅਸੀਂ ਜਿਹੜੀ ਆ ਇੱਕ ਆਈਟਮ ਤਿਆਰ ਕੀਤੀ ਆ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਟਾਈਮ ਉਸ ਤਰ੍ਹਾਂ ਦਾ ਵਾਤਾਵਰਨ ਸੀ, ਅਸੀਂ ਉਸਨੂੰ ਪੇਸ਼ ਕਰਨ ਦੀ ਅੱਜ ਕੋਸ਼ਿਸ਼ ਕੀਤੀ ਗਈ ਆ। ਸੋ ਸਾਡੇ ਨਾਲ ਪੂਰੇ ਸ਼ਹਿਰ ਵਾਸੀ ਦੀਨਾਨਗਰ ਦੇ ਦਾ ਸਹਿਯੋਗ ਰਿਹਾ। ਸੋ ਸਾਡੇ ਨਾਲ ਸਾਡੇ ਹੋਰ ਵੀ ਜਿਹੜੇ ਸ਼ਹਿਰ ਦੇ ਅਹੁਦੇਦਾਰ ਬੰਦੇ ਆ, ਸਤਿਕਾਰਯੋਗ ਅਹੁਦੇਦਾਰ ਬੰਦੇ ਆ, ਉਹ ਵੀ ਇਸ ਸਾਡੀ ਸ਼ੁਭ ਯਾਤਰਾ ਵਿੱਚ ਪਹੁੰਚੇ ਆ। ਅਸੀਂ ਪੂਰਾ ਮਸੀਹ ਸਮਾਜ ਹਰ ਇੱਕ ਮਿਸ਼ਨ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਅਤੇ ਅਸੀਂ ਇਹੀ ਸ਼ੁਭ ਕਾਮਨਾਵਾਂ ਕਰਨੇ ਆ ਇਸ ਸ਼ੁਭ ਦਿਹਾੜੇ 'ਤੇ ਕਿ ਅਸੀਂ ਸਾਰੇ ਰਲ ਮਿਲ ਕੇ ਆਪਣੇ ਸ਼ਹਿਰ ਦੀ ਅਮਨ ਸ਼ਾਂਤੀ ਬਣਾਈ ਰੱਖੀਏ। ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਖੁਸ਼ ਦਿਹਾੜੀ ਵਿੱਚ ਅਸੀਂ ਇਕੱਠੇ ਹਾਂ ਔਰ ਇਹ ਜਿਹੜੀ ਆ ਸ਼ੁਭ ਯਾਤਰਾ ਅੱਜ ਦੀਨਾਨਗਰ ਕਬਰਸਥਾਨ ਦੇ ਵਿੱਚੋਂ ਕੱਢੀ ਜਾਵੇਗੀ, ਸ਼ੁਰੂ ਹੋਵੇਗੀ ਔਰ ਸਾਲਵੇਸ਼ਨ ਆਰਮੀ ਚਰਚ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਅਸੀਂ ਪੂਰੇ ਬਾਜ਼ਾਰ ਵਿੱਚ ਜਾਵਾਂਗੇ ਔਰ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਪੈਗਾਮ ਦੇਵਾਂਗੇ ਔਰ ਜੋ ਕੁਛ ਵੀ ਤੁਸੀਂ ਵੇਖਦੇ ਹੋ ਪਿੱਛੇ ਤੱਕ ਕਿ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਜਸ਼ਨ ਮਨਾਏ ਜਾ ਰਹੇ ਹਨ ਔਰ ਮਜੂਸੀ ਬਣਾਏ ਗਏ ਹਨ ਔਰ ਦੂਤ ਬਣਾਏ ਗਏ ਹਨ ਜਿਹੜੇ ਸਵਰਗ ਦੂਤ ਹਨ ਔਰ ਅੱਜ ਯਿਸੂ ਮਸੀਹ ਦੇ ਅੰਜ਼ੀਲ ਦੀ ਖੁਸ਼ਖਬਰੀ ਦਾ ਪੈਗਾਮ ਹੋਵੇਗਾ
ਔਰ ਅਸੀਂ ਇਸ ਪੂਰੇ ਨਗਰ ਨੂੰ ਜਿਹੜਾ ਹੈ ਉਹ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ਖਬਰੀ ਦੇਵਾਂਗੇ ਔਰ ਮੁਬਾਰਕਬਾਦ ਕਵਾਂਗੇ। ਧੰਨਵਾਦ। ਸਾਰਿਆਂ ਨੂੰ ਮੈਂ ਜੈਮ ਸਿੰਘ ਆਖਦਾ ਹਾਂ। ਇਹ ਯਾਤਰਾ ਜਿਹੜੀ ਆ ਸਾਡੀ ਆਪਣੇ ਕਬਰਸਤਾਨ ਤੋਂ ਸ਼ੁਰੂ ਕਰਕੇ ਸਾਰੇ ਸ਼ਹਿਰ ਦੇ ਉੱਚੋਂ ਹੀ ਹੋ ਕੇ ਸਾਲਵੇਸ਼ਨ ਚਰਚ ਦੇ ਲਾਗੋਂ ਜੀ ਹੋ ਕੇ ਮੁੜ ਇੱਥੇ ਖਤਮ ਹੋ ਗਈ। ਅਤੇ ਇਹ ਸ਼ੁਭ ਯਾਤਰਾ ਜਿਹੜੀ ਆ ਇਹ ਇਕੱਲੇ ਸਾਡੇ ਇੱਥੇ ਨਹੀਂ, ਇਹ ਪੂਰੇ ਵਰਲਡ 'ਚ ਕੱਢੀ ਜਾ ਰਹੀ ਹੈ, ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਜਿਹੜਾ ਇੱਕ ਅਦਭੁਤ ਤਰੀਕੇ ਨਾਲ ਹੋਇਆ ਅਤੇ ਉਹਨੂੰ ਅਸੀਂ ਮੁਕਤੀਦਾਤਾ ਗ੍ਰਹਿਣ ਕਰਦੇ ਹਾਂ। ਅਤੇ ਅੱਜ ਲੋਕਾਂ ਨੇ ਇਹੋ ਖੁਸ਼ਖਬਰੀ ਦਾ ਜਿਹੜਾ ਸਮਾਚਾਰ ਅਸੀਂ ਇਹ ਸ਼ੋਭਾ ਯਾਤਰਾ ਦੁਆਰਾ ਦੇ ਰਹੇ ਹਾਂ। ਵੱਖ ਵੱਖ ਤਰ੍ਹਾਂ ਦੀਆਂ ਝਾਂਕੀਆਂ ਨੇ, ਜਿਵੇਂ ਜਨਮਦਿਨ ਦੀ ਝਾਕੀ ਆ, ਮਜੂਸੀਆਂ ਦੀ ਝਾਕੀ ਆ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ, ਉਸੇ ਤਰ੍ਹਾਂ ਦੀ ਇਹ ਝਾਕੀ ਜਿਹੜੇ ਕੱਢ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਵਾਂਗੇ ਕਿ ਇਹ ਅੱਜ ਦਾ ਵੱਡੇ ਦਿਨ ਵਿੱਚ ਉਹ ਸਾਡਿਆਂ ਨਾਲ ਸ਼ਾਮਲ ਹੋਣ। ਇਹਨਾਂ ਦੇ ਕਹਿੰਦਾ ਮੈਸੇਜ ਅਸੀਂ ਇਹੋ ਦੇਣਾ ਚਾਹੁੰਦੇ ਕਿ ਸਾਰੇ ਅਸੀਂ ਇੱਕੋ ਭਾਈ ਭਾਈ ਹਾਂ, ਸਾਰੇ ਰਲ ਮਿਲ ਕੇ ਰਹੀਏ ਅਤੇ ਕੋਈ ਵੀ ਕਿਸੇ ਦਾ ਵੈਰੀ ਨਹੀਂ ਹੈ। ਸਾਡਾ ਸ਼ਹਿਰ ਜਿਹੜਾ ਬਹੁਤ ਚੰਗਾ, ਅਸੀਂ ਸਾਰੇ ਜਿਹੜਾ ਵੀ ਦਿਨ ਦਿਹਾੜਾ ਜਿਵੇਂ ਕ੍ਰਿਸਮਸ ਆ, ਸਾਡੇ ਨਾਲ ਸਾਰੇ ਭਾਈਚਾਰੇ ਜਿਹੜੇ ਆ